ਖਾਨਾ ਵੱਲੋਂ ਜੋ ਝੋਨੇ ਦੀ ਬਜਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਕਤ ਅਸੀਂ ਮਾਨਸਾ ਦੇ ਪਿੰਡ ਪੈਣੀਵਾਗਾ ਦੇ ਇੱਕ ਖੇਤ ਵਿੱਚ ਖੜੇ ਹਾਂ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਜੋ ਝੋਨੇ ਦੀ ਬਜਾਈ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜੋ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ ਉਹ ਹੈ ਕਿ ਜੋ ਪ੍ਰਵਾਸੀ ਮਜ਼ਦੂਰ ਹੈ ਉਹ ਆਪਣੇ ਰਾਜਾਂ ਨੂੰ ਚਲੇ ਗਏ ਨੇ ਅਤੇ ਜਿਸ ਕਾਰਨ ਲੋਕਲ ਲੇਬਰ ਹੈ ਜਿਹੜੀ ਉਹ ਝੋਨਾ ਲਾਉਂ ਲਗਾ ਰਹੀ ਹੈ ਔਰ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਜਿੱਥੇ ਝੋਨਾ ਲਾਉਣ ਦੇ ਵਿੱਚ ਪਰਪੱਕ ਸੀ ਉਥੇ ਹੁਣ ਲੋਕਲ ਲੇਬਰ ਹੈ ਜਿਹੜੀ ਉਹਨਾਂ ਨੂੰ ਘੱਟ ਤਜਰਬਾ ਹੋਣ ਦੇ ਕਾਰਨ ਇਸ ਵਾਰੀ ਝੋਨਾ ਲਗਾਉਣ ਦੇ ਵਿੱਚ ਜਿਹੜਾ ਸਮਾਂ ਜ਼ਿਆਦਾ ਲੱਗੇਗਾ ਕਿਉਂਕਿ ਇਹਨਾਂ ਕੋਲੇ ਉਹਨਾਂ ਤਜਰਬਾ ਨਹੀਂ ਹੈਗਾ ਜਿਹੜੀ ਲੋਕਲ ਲੇਬਰ ਹੈ ਔਰ ਨਾਲ ਹੀ ਕਿਸਾਨਾਂ ਦੀਆਂ ਜੋ ਸਮੱਸਿਆਵਾਂ ਨੇ ਉਹ ਇਹ ਹੈ ਕਿ ਜੋ ਲਾਈਟ ਦੀ ਸਪਲਾਈ ਹੈ ਉਹ ਕਿਸਾਨਾਂ ਨੇ ਮੰਗ ਕੀਤੀ ਸੀ ਕਿ 16 ਘੰਟੇ ਲਗਾਤਾਰ ਇਹਨਾਂ ਨੂੰ ਸਪਲਾਈ ਦਿੱਤੀ ਜਾਵੇ ਪਰੰਤੂ ਜੋ ਬਿਜਲੀ ਸਪਲਾਈ ਹੈ ਉਹ ਕਰੀਬ 8 ਘੰਟੇ ਹੀ ਮਿਲ ਰਹੀ ਹੈ ਉਹ ਵੀ ਘੱਟ ਲਗਾਏ ਜਾ ਰਹੇ ਨੇ ਸਾਡੇ ਨਾਲ ਕੁਝ ਕਿਸਾਨ ਵੀ ਜੁੜੇ ਹੋਏ ਆ ਉਹਨਾਂ ਤੋਂ ਵੀ ਜਾਣ ਲੈਣਾ ਹੈ ਕਿ ਕੀ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਨੇ ਤੇ ਕੀ ਉਹ ਕਹਿਣਾ ਚਾਹੁੰਦੇ ਨੇ ਹਾਂਜੀ ਕੀ ਨਾਮ ਹੈ ਜੀ ਮੱਖਣ ਸਿੰਘ ਹੈ ਜੀ ਝੋਨੇ ਦੀ ਬਜਾਈ ਸ਼ੁਰੂ ਕੀਤੀ ਹੈ ਕੀ ਕਹੋਗੇ ਜੀ ਅਸੀਂ ਜੀ ਝੋਨੇ ਦੀ ਬਜਾਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 10 ਜੂਨ ਤੋਂ ਕੀਤੀ ਹੈ ਕਿਉਂਕਿ ਇੱਕ ਤਾਂ ਜਿਹੜੀ ਪ੍ਰਵਾਸੀ ਲੇਬਰ ਸੀ ਉਹਨੂੰ ਬੜਾ ਤਜਰਬਾ ਸੀ ਲਾਉਣ ਦਾ ਦੂਸਰਾ ਸਰਕਾਰ ਵੱਲੋਂ ਜਿਹੜਾ ਕਿਹਾ ਗਿਆ ਸੀ ਕਿ ਬਿਜਲੀ ਸਾਨੂੰ 8 ਘੰਟੇ ਦੇਵਾਂਗੇ ਕੱਲ ਦੀ ਲਾਈਟ ਆਈ ਹੈ ਲਾਈਟ ਵੀ ਪਰੰਤੂ 8 ਘੰਟਿਆਂ ਦੀ بجائے 6 ਘੰਟੇ ਲੇਟ ਆਈ ਹੈ ਸਾਡੀ ਮੰਗ ਹੈ ਵੀ 16 ਘੰਟੇ ਜਿਹੜੀ ਲਾਈਟ ਆਉ ਦਿੱਤੀ ਜਾਵੇ ਦੂਸਰਾ ਸਰਕਾਰ ਨੇ ਕਹਿਤਾ ਦਿੱਤਾ ਵੀ 10 ਜੂਨ ਤੋਂ ਜਿਹੜਾ ਝੋਨਾ ਲਾਇਆ ਜਾਊਗਾ ਪਰ ਜਿਹੜੀ ਨਹਿਰੀ ਬੰਦੀ ਹੈ ਨਹਿਰੀ ਪਾਣੀ ਦੀ ਬੰਦੀ ਕਰਕੇ ਸਰਕਾਰ ਨੇ ਕਿਸਾਨਾਂ ਦੇ ਇੱਕ ਕਹਿ ਲਈ ਤਾਂ ਸਿਰ 'ਚ ਕਹਾੜਾ ਹੀ ਮਾਰਿਆਗਾ ਹੁਣ ਕਿਸਾਨ ਦੀ ਹਾਲਤ ਇਹ ਹੈ ਨਹਿਰਾਂ ਸੁੱਕੀਆਂ ਪਈਆਂ ਨੇ ਬਿਜਲੀ ਘਟਾ ਰਹੀ ਹੈ ਜਿਹੜੀ ਪ੍ਰਵਾਸੀ ਲੇਬਰ ਆ ਉਹ ਇੱਥੇ ਹੈ ਨਹੀਂਗੀ ਲੋਕਲ ਲੇਬਰ ਤੋਂ ਕਿਸਾਨ ਮਜਬੂਰੀ ਵਸ ਚੋਨਾ ਲਵਾ ਰਹੇ ਨੇ ਜਿਸ ਦਾ ਰੇਟ ਵੀ ਵੱਧਾ ਹੈਗਾ ਸਾਡੀ ਸਰਕਾਰ ਤੋਂ ਮੰਗ ਹੈ ਕਿ ਜਿਹੜੀ ਬਿਜਲੀ ਹੈ ਉਹ 16 ਘੰਟੇ ਦਿੱਤੀ ਜਾਵੇ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਵੇ ਜਿਹੜੀ ਪ੍ਰਵਾਸੀ ਲੇਬਰ ਹੈ ਉਹਨੂੰ ਆਉਣ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਤਾਂ ਜੋ ਜਿਹੜੀ ਝੋਨੇ ਦੀ ਬਜਾਈ ਹੈ ਸਮੇਂ ਸਿਰ ਕੀਤੀ ਜਾ ਸਕੇ ਜਿਸ ਨਾਲ ਕਿਸਾਨੀ ਨੂੰ ਕੁਝ ਹਲਾਰਾ ਮਿਲੇ ਸਮੱਸਿਆ ਦਾ ਵੱਡੀ ਸਮੱਸਿਆ ਤਾਂ ਲੇਬਰ ਦੀ ਹੈ ਜੀ ਬਾਹਰੋਂ ਬਿਹਾਰ ਤੋਂ ਜਾਂ ਯੂਪੀ ਤੋਂ ਲੇਬਰ ਆਉਂਦੀ ਆਉਂਦੀ ਐਦਕੀ ਆਈ ਨਹੀਂ ਜੀ ਪਿੰਡਾਂ ਵਾਲੇ ਜੀ ਰੀ ਲਾ ਰਹੇ ਨੇ ਇਸ ਹਿਸਾਬ ਨਾਲ ਬਹੁਤ ਟਾਈਮ ਲੱਗ ਜਾਊਗਾ ਦੇਰੀ ਲਾਉਣ ਵਾਸਤੇ ਉਹਨਾਂ ਨੂੰ ਆਪਦੇ ਖਰਚੇ ਤੇ ਬੰਦੇ ਤੋਰਨੇ ਚਾਹੀਦੇ ਨੇ ਇੱਧਰ ਤੇ ਇੱਕ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜੀ ਲਾਈਟ ਬਹੁਤ ਘੱਟ ਆਉਂਦੀ ਹੈ ਅੱਜ ਸੜਨ ਲੱਗਿਆ ਜੀ 8 ਘੰਟੇ ਅੱਜ ਤੋਂ ਘੱਟੋ ਘੱਟ 13-14 ਘੰਟੇ ਦਾ ਚਾਹੀਦੀ ਹੈ ਜੀ ਸਾਢੇ ਨਾਲ ਕੁਝ ਮਜ਼ਦੂਰੀ ਮੌਜੂਦ ਹੈ ਉਹਨਾਂ ਤੋਂ ਵੀ ਗੱਲਬਾਤ ਕਰ ਲੈਣੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਚੋਨੇ ਦੀ ਬਜਾਈ ਬਾਰੇ ਚੋਨੇ ਦੀ ਬਜਾਈ ਕਰ ਰਹੇ ਹਾਂ ਕੀ ਕਰੀ ਹੋਣ ਟਾਈਮ ਪਾਸ ਕਰੀ ਜਾਂਦੇ ਉੱਤੋਂ ਕਲਫੂ ਕਰਕੇ ਕੁਝ ਵੀ ਘਰੇ ਰਾਸ਼ਨ ਪਾਣੀ ਹੈ ਨਹੀਂ ਜੇ ਸਾਹਬ ਨਾਲ ਜ਼ਿਮੀਦਾਰ ਰੇਟ ਦੇਈ ਜਾਂਦਾ ਇਹ ਤਾਂ ਕੁਛ ਵੀ ਨਹੀਂ ਗੁਜ਼ਾਰਾ ਹੁੰਦਾ ਇਹਦੇ ਨਾਲ ਤਾਂ ਜੀ ਸਰਕਾਰ ਨੂੰ ਇਹੀ ਮੰਗ ਹੈ ਕਿ ਰੇਟ ਵਧਾਇਆ ਜਾਵੇ ਜੀ ਜੀ ਪਿਛਲੇ ਸਾਲ ਕਿੰਨਾ ਰੇਟ ਸੀ ਤੇ ਹੁਣ ਕਿੰਨਾ ਜੀ ਪਿਛਲੇ ਸਾਲ 2800 ਸੀ ਰੇਟ ਜੀ ਤੇ ਅੱਜ ਕੀ ਜੀ ਹੁਣ 3000 3800 ਇੰਨੇ ਹੀ ਹੈ ਇਹ ਨਾਲ ਕਿੱਥੋਂ ਟਾਈਮ ਪਾਸ ਹੋ ਜੀ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਵੱਲੋਂ 10 ਜੂਨ ਦੀ ਤਾਰੀਖ ਦਿੱਤੀ ਗਈ ਸੀ ਪਰੰਤੂ ਜੋ ਬਿਜਲੀ ਹੈ ਉਹ ਵੀ ਨਹੀਂ ਪੂਰੀ ਮਿਲ ਰਹੀ ਤੇ ਨਾਲ ਹੀ ਜਿਹੜੀ ਨਹਿਰੀ ਪਾਣੀ ਦੀ ਬੰਦੀ ਕਾਰਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੀਸ਼ਮ ਗੋਇਲ ਨਿਊਜ਼ ਪੰਜਾਬ ਰੇਣਾ ਹਿਮਾਚਲ ਮਾਨਸਾ